ਸਰਕਾਰ ਸਾਰੀ ਮਰ ਗਈ ਮਰ ਗਈ ਭਗਵੰਤ ਸਿੰਘ ਮਾਨ ਵੀ ਸਾਡੇ ਵਾਸਤੇ ਮਰ ਗਿਆ ਗਲੀਆਂ ਦੇ ਵਿੱਚ ਵੇਖਿਆ ਤੁਹਾਨੂੰ ਮਿੱਟੀਆਂ ਪਾਈਆਂ ਟਰਾਲੀਆਂ ਲੋਕਾਂ ਦੇ ਬੂਹੇ ਗੜੀ ਛੁੱਟੀਆਂ ਗੁਰਦੁਆਰਿਆਂ ਚ ਪਾਣੀ ਵੜਿਆ ਵਾ ਘਰਾਂ ਚ ਪਾਣੀ ਵੜਿਆ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਵੱਲੋਂ ਚੋਣਾਂ ਤੋਂ ਪਹਿਲਾਂ ਵੱਡੇ ਵੱਡੇ ਵਾਅਦੇ ਕੀਤੇ ਗਏ ਸਨ ਤੇ ਕਿਹਾ ਗਿਆ ਸੀ ਕਿ ਸਰਕਾਰ ਬਣਦਿਆਂ ਸਾਰ ਹੀ ਇਹ ਵਾਅਦੇ ਪਹਿਲ ਦੇ ਆਧਾਰ ਤੇ ਪੂਰੇ ਕੀਤੇ ਜਾਣਗੇ ਪਰ ਉਮੀਦਵਾਰ ਵਿਧਾਇਕ ਬਣਦੇ ਸਾਰ ਹੀ ਉਹ ਵਾਅਦੇ ਭੁੱਲ ਗਏ ਤੇ ਲੋਕ ਤਾਂ ਇੱਥੋਂ ਤੱਕ ਵੀ ਕਹਿ ਰਹੇ ਨੇ ਕਿ ਹੁਣ ਉਹ ਲੀਡਰ ਜੋ ਘਰ ਘਰ ਜਾ ਕੇ ਬਦਲਾਅ ਦੀਆਂ ਗੱਲਾਂ ਕਰਦੇ ਸਨ ਉਹ ਉਹਨਾਂ ਦੀ ਗੱਲ ਤੱਕ ਨਹੀਂ ਸੁਣਦੇ ਹਨ। ਅਜਿਹਾ ਹੀ ਇੱਕ ਮਾਮਲਾ ਤਰਨ ਤਾਰਨ ਦੇ ਪਿੰਡ ਠੱਠਗੜ੍ਹ ਤੋਂ ਸਾਹਮਣੇ ਆਇਆ ਜਿੱਥੇ ਆਮ ਆਦਮੀ ਪਾਰਟੀ ਦੇ ਹਲਕਾ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਲ ਵੱਲੋਂ ਪਿੰਡ ਦੇ ਗੰਦੇ ਪਾਣੀ ਦੇ ਨਿਕਾਸ ਅਤੇ ਗਲੀਆਂ ਨਾਲੀਆਂ ਬਣਾਉਣ ਦਾ ਵਾਅਦਾ ਕਰਕੇ ਵੋਟਾਂ ਹਾਸਲ ਕੀਤੀਆਂ ਸਨ ਪਰ 7 ਮਹੀਨੇ ਬੀਤ ਜਾਣ ਤੋਂ ਬਾਅਦ ਵੀ ਪਿੰਡ ਦੇ ਹਾਲਾਤ ਨਹੀਂ ਸੁਧਰ ਸਕੇ। ਪਿੰਡ ਦੇ ਲੋਕਾਂ ਨੇ ਆਰੋਪ ਲਾਇਆ ਕਿ ਹੁਣ ਹਲਕਾ ਵਿਧਾਇਕ ਉਹਨਾਂ ਦੀ ਗੱਲ ਤੱਕ ਨਹੀਂ ਸੁਣ ਰਹੇ। ਇਸ ਮੌਕੇ ਨਾਰਾਜ਼ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਹਲਕਾ ਵਿਧਾਇਕ ਤੇ ਪੰਜਾਬ ਸਰਕਾਰ ਖਿਲਾਫ਼ ਜ਼ਬਰਦਸਤ ਨਾਅਰੇਬਾਜ਼ੀ ਵੀ ਕੀਤੀ ਹੈ। ਪਿੰਡ ਵਾਸੀਆਂ ਨੇ ਸਰਕਾਰ ਕੋਲੋਂ ਪਿੰਡ ਦੇ ਗੰਦੇ ਪਾਣੀ ਦੇ ਨਿਕਾਸ ਅਤੇ ਗਲੀਆਂ ਬਣਾਉਣ ਦੀ ਮੰਗ ਕੀਤੀ ਹੈ। ਕੀ ਨਾਂ ਜੀ ਆਪਣਾ? ਬਲਦੇਵ ਸਿੰਘ। ਅੱਛਾ, ਕਿੱਥੇ ਰਹਿੰਦੇ ਜੀ? ਪਿੰਡ ਠੱਠਗੜ੍ਹ ਸਾਡਾ ਜੀ। ਅੱਛਾ, ਕੀ ਮਸਲਾ ਵਾ ਤੁਹਾਡੇ ਪਿੰਡ ਦਾ? ਮਸਲਾ ਇਹ ਗੱਲ ਦਾ ਜੀ, ਸਾਡੀਆਂ ਪਹਿਲੀਆਂ ਸਰਕਾਰਾਂ ਨੇ ਤਾਂ ਕੁਛ ਨਹੀਂ ਸਵਾਰਿਆ। ਅਸੀਂ ਬਦਲਾਅ ਲਿਆਂਦਾ ਸੀ, ਬੜੇ ਤਕੜੇ ਹੋ ਗਏ, ਬੜੇ ਵੱਧ ਚੜ੍ਹ ਕੇ ਵੋਟਾਂ ਪਾਈਆਂ, ਸਾਰੇ ਮੁਲਕ ਨੇ, ਸਾਰੇ ਪਿੰਡ ਨੇ, ਅਤੇ ਵੀ ਇਹ ਸਾਡਾ ਕੋਈ ਨਾ ਕੋਈ ਸਵਾਰਨਗੇ। ਇਹਨਾਂ ਦੇ ਰਹਿੰਦਾ ਖੁੰਦਾ ਵੀ ਬੇੜਾ ਗਰਕ ਕਰ ਦਿੱਤਾ ਵਾ। ਆਹ ਕਸ਼ਮੀਰ ਸਿੰਘ ਡਾਕਟਰ ਜਿਹੜਾ ਇਹ MLA ਤਰਨ ਤਾਰਨ ਹਲਕੇ ਦਾ, ਇਹਦੇ ਬੁੜੀਆਂ ਨਾਲੋਂ ਭੈੜਾ। ਇੱਥੇ ਇੰਨੇ ਵਾਰੀ ਅਸੀਂ ਪੰਚਾਇਤ ਜਾਂਦੇ ਨਹੀਂ, ਸਾਨੂੰ ਲਾਰਾ ਲਪਾਈ ਰੱਖਿਆ, ਅੱਜ ਆਉਣਾ ਭਲਕੇ ਆਉਣਾ, ਅੱਜ ਸਾਡੇ ਪਿੰਡ ਦਾ ਬੇੜੇ ਗਰਕ ਕਰ ਦਿੱਤਾ ਵਾ। ਆਹ ਗਲੀਆਂ ਦੇ ਵਿੱਚ ਵੇਖਿਆ ਤੁਸੀਂ ਮਿੱਟੀਆਂ ਪਾਈਆਂ ਟਰਾਲੀਆਂ ਲੋਕਾਂ ਦੇ ਬੂਹੇ ਗੜੀ ਛੁੱਟੀਆਂ, ਗੁਰਦੁਆਰਿਆਂ 'ਚ ਪਾਣੀ ਵੜਿਆ ਵਾ, ਘਰਾਂ 'ਚ ਪਾਣੀ ਵੜਿਆ, ਰੋਜ਼ ਲੋਕ ਛਿੱਤਰੋ ਛਿੱਤਰੀ ਨਹੀਂ, ਇਹਨੇ ਕੋਈ ਸੁਣਵਾਈ ਨਹੀਂ ਕੀਤੀ। ਜਾ ਕੇ ਕੁਰਸੀ 'ਤੇ ਬਹਿ ਗਿਆ, ਸੌਂ ਗਿਆ, ਅੱਖਾਂ ਮੀਟ ਗਏ ਸਾਡੇ ਵਾਸਤੇ, ਤਾਂ ਸਦਾ ਦਾ ਸੌਂ ਗਿਆ, ਅੱਖਾਂ ਮੀਟ ਗਏ ਉਹ ਸਾਡੇ ਵਾਸਤੇ ਮਰ ਗਿਆ, ਅਸੀਂ ਤਾਂ ਮਰਿਆ ਸਮਝਦੇ ਹਾਂ। ਸਾਨੂੰ ਜਦੋਂ ਕੋਈ ਸਾਡਾ ਕੋਲ ਆਉਣ ਕੇ ਸਵਾਰਿਆ ਨਹੀਂ, ਕਾਣ ਕੇ ਆਹ ਪਾਣੀ ਦਾ ਨਿਕਾਸ ਹੈਗਾ, 50 ਸਾਲ ਹੋ ਗਏ, 60 ਸਾਲ ਚੱਲਦਿਆਂ ਨੂੰ ਇਹਨਾਂ ਦੀ ਸਰਕਾਰ ਨੇ ਸਾਡਾ ਨਾਲਾ ਵੱਢ ਦਿੱਤਾ ਵਾ, ਸਾਡਾ ਨਿਕਾਸ ਪਾਣ ਨੂੰ ਬੰਦ ਕਰ ਦਿੱਤਾ ਵਾ। ਇਹ ਸਰਕਾਰਾਂ ਦਾ ਕੰਮ ਹੁੰਦਾ। ਪਿੰਡ ਦੀ ਕਿੰਨੀ ਆਬਾਦੀ ਹੈ ਜਿਹੜੀ? ਇਹ ਪਿੰਡ ਦੀ ਆਬਾਦੀ ਹੈਗੀ ਕੋਈ 2000 ਦੇ ਲਾਗੇ ਬੰਨੇ ਆ, 2000 ਦੀ ਆਬਾਦੀ ਹੈ ਮਤਲਬ ਜਿਹੜੀ ਪਿੰਡ ਦੇ ਲਾਗੇ ਬੰਨੇ। ਜਦੋਂ ਆ 60 ਸਾਲ ਹੋ ਗਿਆ ਸਾਡੇ ਜੰਮਣ ਤੋਂ ਪਹਿਲਾਂ ਦਾ ਨਾਲਾ ਚੱਲਦਾ ਸੀ, ਇਹਨਾਂ ਦੀ ਸਰਕਾਰ ਅੱਜ ਦਾ ਨਾਲਾ ਵੱਢ ਕਰਾ ਦਿੱਤਾ। ਇਹ ਸਰਕਾਰਾਂ ਦਾ ਕੰਮ, ਅੱਜ ਇਹਨਾਂ ਨੇ ਅੱਜ ਇਹਨਾਂ ਕੋਈ ਨਾਲਾ, ਕੋਈ ਸੜਕ ਬਣਾਉਣੀ ਹੋਵੇ, ਬਾਈਪਾਸ ਬਣਾਉਣਾ ਹੋਵੇ, ਫਿਰ ਨਾਲਾ ਪੁੱਟ ਕੇ ਸਰਕਾਰ ਉੱਥੇ ਪੈਸੇ ਦਿੰਦੀ, ਮੁਆਵਜ਼ਾ ਦਿੰਦੀ ਪੈਲੀ ਵਾਲਿਆਂ ਨੂੰ। ਇਹਨਾਂ ਜਾ ਕੇ ਅੱਖਾਂ ਮੀਡੀਆਂ ਆਪਣੇ ਬੋਝੇ ਭਰੀ ਜਾਂਦੇ ਆ, ਇੱਥੇ ਸਾਡਾ ਕੋਈ ਡੁੱਬਣ ਡਿਆ, ਸਾਰਾ ਮੁਲਕ ਇੱਕ ਸਾਡੇ ਪਿੰਡ ਦਾ ਨਿਕਾਸ ਨਹੀਂ ਗਾ। ਇੱਬਣ ਤੋਂ ਲਾ ਕੇ ਸ਼ਾਸਕ ਠੱਠਗੜ੍ਹ ਸਾਹਣਾ ਜਗਤਪੁਰਾ ਸਾਰੇ ਡੁੱਬਣ ਡਿਆ। ਇਹ ਸਾਰਾ ਨਿਕਾਸ ਸਰਕਾਰ ਦਾ ਕੰਮ ਆ ਕਰਾਉਣ ਦਾ। ਅੱਜ ਇੱਥੇ ਨਾਲਾ ਪਟਾਉਣ, ਸਰਕਾਰ ਉਹਨਾਂ ਨੂੰ ਮੁਆਵਜ਼ਾ ਦੇਵੇ ਪੈਲੀ ਵਾਲਿਆਂ ਨੂੰ, ਤਾਂ ਕੀ ਨਹੀਂ ਹੁੰਦਾ? ਇਹ ਜਾ ਕੇ ਆਉਂਦੇ ਅਸੀਂ ਪੈਲੀਆਂ ਕਢਾ ਲਈਏ, ਉੱਥੇ ਫਲਾਣੇ ਦੀਆਂ ਪੈਲੀਆਂ ਕਢਾ ਕੇ ਆਪ ਆਪਣੇ ਬੋਝੇ ਭਰੀ ਜਾਂਦੇ ਆ। ਇੱਥੇ ਜਾ ਕੇ ਇੱਥੇ ਦੇਣਾ ਪੈਸੇ ਆਣ ਕੇ ਸਾਡਾ ਨਾਲਾ ਕਢਾਉਣ, ਇਹਨਾਂ ਨੂੰ ਪੈਲੀਆਂ ਨੂੰ ਮੁਆਵਜ਼ਾ ਦੇਣ, ਕੀ ਨਹੀਂ ਹੁੰਦਾ? ਸਭ ਕੁਛ ਹੁੰਦਾ ਵਾ। ਇਹ ਜਿਹੜੀ MLA ਸਾਹਿਬ ਨੂੰ ਮਿਲੇ ਤੇ ਕੀ ਕਹਿੰਦਾ ਤੁਹਾਨੂੰ? ਪਹਿਲਾਂ ਗੱਲ ਹੋਈ ਸਾਨੂੰ ਲਾਰਾ ਲੱਪਾ ਰਾਹਦਾ ਲਿਆ, ਅੱਜ ਕੱਢ ਦਿੰਦੇ ਪਹਿਲ ਕਰ ਜਾ, ਉਹ ਮਸ਼ੀਨ ਡਾ ਕੇ ਉੱਥੇ JCB ਕਿਲਾ ਕੇ ਲਿਆ ਸੀ, ਉਹ ਮਸ਼ੀਨ ਡਾ ਕੇ ਲਾਗੇ ਕੋਲ ਖਿਲਾ ਕੇ ਫੋਟੋਆਂ ਲਵਾਈਆਂ ਆਪਣੀਆਂ, ਅਗਲੇ ਦਿਨ ਜਾ ਕੇ ਕੰਪੈਨੇ ਨੇ ਬੰਦ ਕਰ ਦਿੱਤੀ JCB, ਉਹ ਅੱਗੇ ਆਪੇ ਚਲਾ ਕੇ ਆਪੇ ਬੰਦ ਕਰ ਦਈਏ, ਸ਼ਰਮ ਨਹੀਂ ਚਾਹੀਦੀ ਉਹਨੂੰ? ਇਹ ਗੱਲ ਦੀ ਸ਼ਰਮ ਚਾਹੀਦੀ ਆ। ਕੀ ਮੰਗ ਕਰਦੇ ਹੋ? ਅਸੀਂ ਮੰਗ ਕਰਦੇ ਵੀ ਸਾਡਾ ਨਿਕਾਸ ਪਾਣੀ ਦਾ ਹੋਇਆ, ਨਾਲਾ ਕੱਢਿਆ ਜਾਵੇ, ਤੇ ਸਾਡਾ ਸਭ ਕੁਝ ਨਿਕਾਸ, ਸਾਨੂੰ ਸਾਡਾ ਸੁਥਰਾ ਜਿਹਾ ਕੰਮ, ਸਾਡਾ ਨਿਕਾਸ ਕਰਾ ਦੇਣ ਪਾਣੀ ਦਾ। ਹਾਂਜੀ, ਰੇਸ਼ਮ ਸਿੰਘ ਜੀ। ਕਿੱਥੇ ਰਹਿੰਦੇ? ਮੈਂ ਇੱਥੋਂ ਦਾ ਵਸਨੀਕ ਹੈ ਜੀ, ਪਿੰਡ ਠੱਠਗੜ੍ਹ ਦਾ। ਕੀ ਮਸਲਾ, ਕੀ ਮੁਸ਼ਕਲ ਹੈ ਪਿੰਡ ਦੀ? ਮੁਸ਼ਕਲ ਸਰ ਇਹੀ ਆ ਕਿ ਪਾਣੀ ਦਾ ਜਿਹੜਾ ਨਿਕਾਸ ਆ ਸਾਡਾ ਪਹਿਲਾਂ ਚੱਲਦਾ ਸੀ, ਕੋਈ 100 ਸਾਲ ਪਹਿਲਾਂ ਸਾਡੇ ਜਨਮ ਤੋਂ ਪਹਿਲਾਂ ਦੀ ਗੱਲ ਆ, ਉਦੋਂ ਚੱਲਦਾ ਸੀ ਅਤੇ 2-3 ਸਾਲ ਹੋ ਗਿਆ ਇਹ ਨਾਲਾ ਜਿਹੜਾ ਵਾ ਵੱਗ ਗਿਆ ਵਾ।
हुण गलियां दे विच पाणी रुकदा वा ते इत्थे आप समें भाईचारा एक दूजे नाल लड़दा रहिंदा वा। उहदे विच संबंध च पहिलां डीसी साहब जदों धूरी इत्थे हैगे सी धूरी साहब कुलवंत साहब उदों भी मंग पत्र उन्हां नूं भी दित्ते गए। उस तो बाद विच जदों इलैक्शन दे विच आम पार्टी की सरकार बनी इन्हां नूं भी मंग पत्र दित्ते गए पर उह मंग पत्र दा किसे ते कोई असर नहीं होया। इस मसले दे विच हुण सारी संगत इकट्ठी हो के अज ते डीसी साहब दे भी चली आ ते इहो मंग आ कि साडा पाणी दा निकास होणा चाहीदा। जेकर गल कीती आम आदमी पार्टी दी सरकार नूं वोट पाई है ते तुहाडे पिंड दी कोई पहला गलबात कीती कि हुण जिहड़ा वा पाणी खड़ा साडे गलियां दे विच? जी सर, अहीं एक वारी गए हां पिछले मेरे ख्याल 9वें महीने दे विच मंग पत्र दित्ता MLA साहब नूं जिहड़ा अहीं पहली तां गल आ उत्थे सर जाण दे विच 11 वजे तों गए ते 5 वजे MLA साहब मिलिया वा। 25-30 बंदे जिहड़े वेट करदे रहे पहलां घरां च आउंदे सी ते हुण इह वेट कराउंदे सानूं ते इस चक्कर दे विच साडा तो यही मसला वा कि सरकार ध्यान दे इस बंदे च क्योंकि तुहानूं पता पाणी खलोण दे नाल डेंगू बीमारियां किन्नियां फैल रहियां सारे दिहाड़ी धप्पे वाले बंदे ने इह विचारे अपना घर चलाउणगे दवाइयां दारू कराउण बच्चां नूं। लगदा कि आम आदमी पार्टी जिहड़ी सरकार नहीं काम कर रही? नहीं, साडे भाजपा ने कख नहीं कीता क्योंकि साडे पिंड दे विच जदों अहीं डुब्बण दे हर पिंड दी इहो स्थिति होऊगी आपां तो यही सोचदे वी कख नहीं हो रिहा। ਵੇਖੋ ਜੀ ਗੱਲ ਇੱਦਾਂ ਅਸੀਂ ਠਾਠਗੜ੍ਹ ਪਿੰਡ ਦੇ ਵਸਨੀਕ ਹਾਂ ਜੋ ਕਿ ਤਰਨ ਤਾਰਨ ਜ਼ਿਲ੍ਹਾ ਦਾ ਵਿਧਾਇਕ ਦਾ ਹਲਕਾ ਜਿਹੜਾ ਇਹ ਬਾਰਡਰ ਦੇ ਉੱਤੇ ਆਪਣਾ ਪੈਂਦਾ ਹੈ ਅਤੇ ਗੱਲ ਇੱਦਾਂ ਵੀ ਸਾਨੂੰ ਨਾ ਬੜੇ ਚਿਰ ਦੀ 5-6 ਸਾਲ ਤੋਂ ਲਗਾਤਾਰ ਤੋਂ ਇਹ ਤਕਲੀਫ ਜਿਹੜੀ ਸਾਡੀ ਕੋਈ ਵੀ ਸੁਣਾਈ ਨਹੀਂ ਹੋਈ। ਜੋ ਪਿਛਲੀ ਕਾਂਗਰਸ ਦੀ ਸਰਕਾਰ ਸੀ ਉਹਨਾਂ ਦੇ ਵਰੀ ਵੀ ਅਸੀਂ ਬੜਾ ਵਾਰੀ ਜਾ ਕੇ ਕਹਿੰਦੇ ਰਹੇ ਉਹਦੇ ਵਿੱਚ ਕੁਛ ਸਾਡਾ ਆਪਣਾ ਵੀ ਕੁਛ ਪਿੰਡ ਵਾਸੀਆਂ ਦਾ ਵੀ ਦੋਸ਼ ਅਸੀਂ ਕਿਵੇਂ ਗਿਣਾਂਗੇ ਵੀ ਜੇ ਇੱਕ ਧਿਰ ਪਿੰਡਾਂ ਦੇ ਵਿੱਚ ਤੁਹਾਨੂੰ ਪਤਾ ਹਰ ਇੱਕ ਪਿੰਡਾਂ ਦੇ ਵਿੱਚ ਅੱਜ ਕੱਲ੍ਹ ਧੜੇਬੰਦੀ ਹੁੰਦੀ ਆ ਧੜੇਬੰਦੀ ਹੋਣ ਦੇ ਨਾਤੇ ਹਰੇਕ ਪਿੰਡ ਦੇ ਦੋ ਦੋ ਤਿੰਨ ਤਿੰਨ ਧੜੇ ਆ ਜੇ ਇੱਕ ਧੜਾ ਕਰਨ ਦੀ ਕੋਸ਼ਿਸ਼ ਕਰਵਾਉਂਦਾ ਸੀ ਤਾਂ ਦੂਜਾ ਧੜਾ ਉਹਨੂੰ ਅੱਜ ਦੇ ਟਾਈਮ ਮਿੰਟ ਉਸੇ ਵੇਲੇ ਡਕਵਾ ਦਿੰਦਾ ਸੀ ਜੋ ਕਿ ਚਿੱਠੀਆਂ ਕਾਟਾਂ ਦੇ ਬਦਾਨ ਦੇ ਵਿੱਚ ਜੇ ਉਹ ਕਹਿੰਦੇ ਵੀ ਸੀ ਅਤੇ ਇੱਕ ਨੂੰ ਆਉਂਦਾ ਸੀ ਤਾਂ ਦੂਜਾ ਉਹਨੂੰ ਆਖ ਦਿੰਦਾ ਇੱਧਰ ਤੂੰ ਕੰਮ ਨਹੀਂ ਕਰਨਾ ਕਹਿੰਦਾ ਅਸੀਂ ਸਰਪੰਚ ਬਣਾਂਗੇ ਅਸੀਂ ਕਰਾਵਾਂਗੇ ਠੀਕ ਹੈ। ਅਤੇ ਹੁਣ ਇਸ ਤੋਂ ਬਾਅਦ ਜਦੋਂ ਨੈਕਸਟ ਇਲੈਕਸ਼ਨ 2022 ਦੀ ਆਈ ਆ 22 ਦੀ ਇਲੈਕਸ਼ਨ ਦੇ ਵਿੱਚ ਸਾਰੇ ਇੱਕ ਦੇ ਮਨ ਦੇ ਵਿੱਚ ਇਹੋ ਉਤਾਵਲਾ ਸੀ ਵੀ ਅਸੀਂ ਇੰਝ ਕਰੀਏ ਵੀ ਜੇ ਸਾਡਾ ਅਕਾਲੀ ਕਾਂਗਰਸ ਸਰਕਾਰ ਨੇ ਕੁਛ ਨਹੀਂ ਬਣਾਇਆ ਤਾਂ ਅਸੀਂ ਆਪਣੇ ਬਦਲਾਅ ਹੋਣ ਦੇ ਨਾਤੇ ਸੰਗਤ ਨੇ ਨਗਰ ਦੇ ਵਿੱਚ ਉਹ 2000 ਦੇ ਘੱਟੋ ਘੱਟ ਵੋਟ ਆ ਜਿਹਦੇ ਵਿੱਚ ਬਹੁਤ ਮਤ ਦੇ ਨਾਲ ਆਮ ਆਦਮੀ ਪਾਰਟੀ ਡਾਕਟਰ ਕਸ਼ਮੀਰ ਸਿੰਘ ਸੋਹਲ ਨੂੰ MLA ਬਣਿਆ ਔਰ ਉਹ ਸਾਡੇ ਨਾਲ ਪਹਿਲਾਂ ਵੀ ਵਾਅਦਾ ਕਰਕੇ ਗਏ ਸੀ ਸਾਡੇ ਨਗਰ ਦੀ ਸਾਰੀ ਸਿਟੀ ਪਿੰਡ ਦੇ ਵੋਟਰ ਸਪੋਰਟਰ ਸਾਰਿਆਂ ਨੇ ਉਹਨੂੰ ਜਾਣੂ ਕਰਵਾਇਆ ਵੀ ਅਸੀਂ ਵੇਖੋ ਬੜੀ ਵੱਡੀ ਮਾਰ ਚੱਲ ਰਹੇ ਹਾਂ ਜੋ ਸਾਡੇ ਵਾਸਤੇ ਬਹੁਤ ਹੀ ਸਾਡੇ ਬੱਚਿਆਂ ਲਈ ਸਾਡੇ ਬਾਪ ਦੇ ਆਵਾਜਾਉਣ ਲੰਘਣ ਲਈ ਰਿਸ਼ਤੇਦਾਰਾਂ ਵਾਲੇ ਵਾਸਤੇ ਬਹੁਤ ਹੀ ਮੁਸ਼ਕਿਲ ਹੈ ਜਦੋਂ ਸਾਡਾ ਕੋਈ ਰਿਸ਼ਤੇਦਾਰ ਕੋਈ ਪਾਣੀ ਦੇ ਵਿੱਚ ਸਾਡਾ ਕੋਈ ਗਲੀ ਦੇ ਵਿੱਚ ਕੋਈ ਬੱਚਾ ਨਹੀਂ ਲੰਘ ਸਕਦਾ ਬਹੁਤ ਹੀ ਘਰਾਂ ਦੇ ਵਿੱਚ ਪਾਣੀ ਵੜ ਜਾਂਦਾ ਵਾ ਬਾਰਿਸ਼ ਪੈ ਜਾਂਦੀ ਇੱਕ ਦੂਜੇ ਦੇ ਨਾਲ ਹੱਥੋਂ ਪਾਈ ਗਾਲੋ ਗਾਲੀ ਇੱਕ ਦੂਜੇ ਲੜਾਈ ਝਗੜੇ ਹੁੰਦੇ ਆ ਅਤੇ ਪਾਣੀ ਦਾ ਨਾ ਨਿਕਾਸ ਹੋਣ ਦੇ ਨਾਤੇ ਕੋਈ ਵੀ ਤਾਂ ਸਾਨੂੰ ਇਹੋ ਵਿਸ਼ਵਾਸ ਦਿੱਤਾ ਜਾਂਦਾ ਰਿਹਾ ਵੀ ਜੇਕਰ ਮੇਰੀ ਸਰਕਾਰ ਬਣ ਗਈ ਤਾਂ ਮੈਂ ਤੁਹਾਡਾ ਕੰਮ ਜਿਹੜਾ ਪਹਿਲ ਦੇ ਆਧਾਰ 'ਤੇ ਕਰਾਂਗਾ ਜੋ ਕਿ ਵੇਖੋ ਅੱਜ ਸਰਕਾਰ ਬਣੀ ਨੂੰ ਫਰਵਰੀ ਦੇ ਮਹੀਨੇ 'ਤੇ ਸਰਕਾਰ ਬਣੀ ਸੀ ਅਤੇ ਉਹਦੇ ਵਜ੍ਹਾ ਦੇ ਕਾਰਨ ਵੇਖੋ ਅੱਜ 8-9 ਮਹੀਨੇ ਹੋ ਗਏ ਆ ਅਤੇ ਉਹਦੇ ਸੰਬੰਧ ਦੇ ਵਿੱਚ ਅਸੀਂ ਡਾਕਟਰ ਸਾਹਿਬ ਹੋਰਾਂ ਦੇ ਕੋਲ ਆਪਣਾ ਸਮੁੱਚਾ ਭਾਈਚਾਰਾ ਹੈ ਸਾਰੇ ਮਤਲਬ ਅਸੀਂ ਉਹਨਾਂ MLA ਸਾਹਿਬ ਦੇ ਕੋਲ ਇੱਕ ਲਿਖਤੀ ਰੂਪ ਸਾਰੇ ਬੰਦਿਆਂ ਦੇ ਸਿਗਨੇਚਰ ਕਰਵਾ ਕੇ ਦੇ ਕੇ ਆਏ ਅਤੇ ਉਹਦੇ ਸੰਬੰਧ ਦੇ ਵਿੱਚ ਅਸੀਂ ਉਹਨਾਂ ਨੂੰ ਅੱਜ ਵੇਖੋ ਜੀ ਉਹਨਾਂ ਨੂੰ ਪਹਿਲੀ ਤਰੀਕ 9ਵੇਂ ਮਹੀਨੇ ਦੀ ਪਹਿਲੀ ਤਰੀਕ ਦੀ ਅਸੀਂ ਲੈਟਰ ਦੇ ਕੇ ਆਏ ਹਾਂ ਸਾਰਾ ਆਪਣਾ ਸਮੁੱਚਾ ਭਾਈਚਾਰਾ ਆਪ ਕਿਉਂ ਜਿਹਨਾਂ ਨੂੰ ਦੁੱਖ ਦਰਦ ਵਾ ਅਤੇ ਉਹ ਸਾਡੀ ਉਦੋਂ ਵੇਖੋ ਜੀ ਲੈਟਰ ਦਿੱਤੀ ਸਾਡੀ ਲੈਟਰ ਦੇ ਉੱਤੇ ਕੋਈ ਵੀ ਕਾਰਵਾਈ ਨਹੀਂ ਗੀ ਹੋਈ ਯਾਨੀ ਕਿ ਕੰਨ 'ਤੇ ਕੋਈ ਜੂ ਨਹੀਂ ਗਾ ਸਰਕਿਆ ਉਹਨਾਂ ਦੇ ਉੱਤੇ ਸਾਡੀ ਇਹੋ ਮੰਗ ਆ ਵੀ ਸਾਡੇ ਵੇਖੋ ਸਾਡਾ ਸਮੁੱਚਾ ਭਾਈਚਾਰਾ ਸਾਰਾ ਡੁੱਬਣ ਰਿਹਾ ਵਾ ਜਿਹੜੇ ਮਜ਼ਦੂਰ ਮਿਹਨਤ ਮਜ਼ਦੂਰ ਕਰਨ ਵਾਲੇ ਨੇ ਅਤੇ ਸਾਡੀ ਕੋਈ ਵੀ ਨਾ ਪਿਛਲੀ ਸਰਕਾਰ ਨੇ ਕੋਈ ਸੁਣਾਇਆ ਕੀਤੀ ਨਾ ਹੁਣ ਵਾਲੀ ਸਰਕਾਰ ਹੀ ਕੋਈ ਅਤੇ ਸਾਡੀ ਇਹੋ ਮੰਗ ਆ ਵੀ ਸਾਡੇ ਪਾਣੀ ਦੀ ਨਿਕਾਸੀ ਜਿਹੜੀ ਕੀਤੀ ਸਾਡੀ ਕਿਸੇ ਦੇ ਨਾਲ ਕੋਈ ਪਾਰਟੀਬਾਜ਼ੀ ਵਾਲਾ ਸਿਸਟਮ ਨਹੀਂ ਨਾ ਸੀ ਕਿ ਸਾਡੀ ਡਾਕਟਰ ਸਾਹਿਬ ਦੇ ਧਿਆਨ 'ਚ ਇਹ ਮਸਲਾ ਹੈਗਾ ਅਤੇ ਡਾਕਟਰ ਸਾਹਿਬ ਨੇ ਇਹਦੇ ਵਾਸਤੇ ਵੀਡੀਓ ਗੰਡੀ ਪਿੰਡ ਦੇ ਨਾਲ ਸਾਰਾ ਰਾਬਤਾ ਕਾਇਮ ਕੀਤਾ ਵਾ ਔਰ ਕੋਸ਼ਿਸ਼ ਸਾਡੀ ਕੋਸ਼ਿਸ਼ ਹੈ ਉਹਨੂੰ ਹੱਲ ਕੀਤਾ ਜਾਵੇ ਅਤੇ ਅੱਜ ਕੱਲ੍ਹ ਡਾਕਟਰ ਸਾਹਿਬ ਗੁਜਰਾਤ 'ਚ ਇਲੈਕਸ਼ਨ ਦੇ ਸੰਬੰਧ 'ਚ ਗਏ ਹੋਏ ਆ ਉਹਨਾਂ ਦੇ ਆਉਣ 'ਤੇ ਅਸੀਂ ਜਲਦੀ ਇਹਨੂੰ ਹੱਲ ਕਰਾਂਗੇ। ਇਹ ਅੱਜ ਮੇਰੇ ਕੋਲ ਪਹਿਲੀ ਵਾਰ ਆਏ ਸੀਗੇ ਔਰ ਇਹਨਾਂ ਨੇ ਮੇਰੇ ਧਿਆਨ ਦੇ ਵਿੱਚ ਲੈ ਕੇ ਆਏ ਹੈਗੇ ਆ ਕਿ ਵੀ ਜਿਹੜੇ ਇਹਨਾਂ ਦੇ ਉੱਥੇ ਕਾਫੀ ਗਰੀਬ ਤਬਕੇ ਦੇ ਲੋਕ ਰਹਿੰਦੇ ਹੈਗੇ ਆ ਉੱਥੇ ਇਹਨਾਂ ਦੇ ਪਾਣੀ ਦੀ ਨਿਕਾਸੀ ਨਹੀਂ ਹੈਗੀ ਔਰ ਜੋ ਮੈਂ ਇਹਨਾਂ ਨਾਲ ਗੱਲਬਾਤ ਕੀਤੀ ਹੈ ਉਹਦੇ ਵਿੱਚੋਂ ਇਹ ਜਾਪਦਾ ਹੈਗਾ ਕਿ ਪਹਿਲਾਂ ਉੱਥੇ ਜਿਹੜੇ ਛੱਪਰ ਸੀਗੇ ਉਹ ਲੋਕਾਂ ਨੇ ਭਰ ਕੇ ਉੱਥੇ ਨਜਾਇਜ਼ ਕਬਜ਼ੇ ਵਗੈਰਾ ਕਰ ਲਏ ਹੈਗੇ ਆ ਇਸ ਕਰਕੇ ਪਾਣੀ ਦਾ ਨਿਕਾਸ ਹੋਣ ਦਾ ਕੋਈ ਸਾਧਨ ਰਹਿ ਨਹੀਂ ਗਿਆ ਹੈਗਾ ਤਾਂ ਮੈਂ ਹੁਣ ADC ਡਿਵੈਲਪਮੈਂਟ ਨੂੰ ਮਾਰਕ ਕੀਤੀ ਹੈਗੀ ਆ ਕਿ ਉਹ ADC ਡਿਵੈਲਪਮੈਂਟ ਸਾਰਾ ਜਿਹੜਾ ਹੈਗਾ ਆ ਇਹਦਾ ਮੁਆਇਨਾ ਕਰਕੇ ਮੈਨੂੰ ਰਿਪੋਰਟ ਕਰੂਗਾ ਕਿ ਕਿਸ ਤਰੀਕੇ ਨਾਲ ਇਹਨਾਂ ਦੇ ਪਾਣੀ ਦਾ ਨਿਕਾਸ ਹੋ ਸਕਦਾ ਪੂਰੀ ਕੋਸ਼ਿਸ਼ ਕਰਾਂਗੇ ਕਿ ਜਲਦੀ ਤੋਂ ਜਲਦੀ ਹੋ ਜਾਵੇ।